ਦਿਆ ਰਾਣਾ ਬਾਈ ਨਦੀਮ ਖਰਲ ਇਹ ਇੱਕ ਦੌਰ ਆਈ ਇਹ ਇੱਕ ਦੌਰ ਆਈ ਮੁੜ ਇੱਕ ਦੌਰ ਆਇਆ ਤਾਂ ਉਹ ਸੱਜਣ ਹਾਜੀ ਸਾਹਿਬ ਨੇ ਪਰ ਥੋੜ੍ਹਾ ਜਿਹਾ ਵਲਾ ਕੇ ਟੱਪਣ ਲੱਗਾ ਉਹਨੂੰ ਸੱਦ ਕੇ ਆਉਂਦਾ ਆਉਂਦਾ ਪਾਸਾ ਵੱਟ ਕੇ ਲੱਗਣਾ ਖੈਰ ਤਾਂ ਆਈ ਮਿਹਰਬਾਨੀ ਮੁਰਸ਼ਦ ਮਿਹਰਬਾਨੀ ਪੀਰ ਸਫਦਰ ਸ਼ਾਹ ਆਉਂਦਾ ਪਾਸਾ ਵੱਟ ਕੇ ਲੱਗਣਾ ਹੈ ਖੈਰ ਤਾਂ ਆਈ ਮੈਨੂੰ ਸੱਜਣ ਸਿੰਜਾਣ ਮੈਂ ਕੌਣ ਆ ਹਾਂ ਮੇਰੇ ਵਸਦੇ ਦੌਰ ਦਾ ਚੇਤਾ ਕਰ ਨਿੱਭੇ ਵਕਤ ਪਹਿਚਾਣ ਮੈਂ ਕੌਣ ਆ ਤੇ ਤੇਰੀ ਸੰਗਤ ਦਾ ਕਾਸਿਮ ਕਤਬਾ ਹਾਂ ਨਾ ਬਣ ਅਣਜਾਣ ਮੈਂ ਕੌਣ ਆ ਹਾਂ ਕੱਲ ਤਾਈਂ ਮੇਰੇ ਹੱਥ ਚੁੰਮਦਾ ਅੱਜ ਤੇਰੇ ਕੌਣ ਮੈਂ ਕੌਣ ਮੈਂ ਨੌਕਰੀ ਦੇ ਸਾ ਭਾਈ ਮੈਂ ਨੌਕਰੀ ਦੇ ਸਾਈਂ ਸਾਈਂ ਪਾਸਾ ਵੱਟ ਕੇ ਲੱਗਣਾ ਖੈਰ ਤਾਈ ਮੈਂ ਦੁਬਾਰਾ ਆਉਂਦਾ ਪਿਆ ਭਾਈ ਜਾਨ ਮੈਂ ਮੁਦੱਬਰ ਕਰਦਾ ਪਿਆ ਸਾਈਂ ਪਾਸਾ ਵੱਟ ਕੇ ਲੱਗਣਾ ਖੈਰ ਤਾਈ ਮੈਨੂੰ ਸੱਜਣ ਸਿੰਜਾਣ ਮੈਂ ਕੌਣ ਆ ਮੇਰੇ ਵਸਦੇ ਦੌਰ ਦਾ ਚੇਤਾ ਕਰ ਨਿੱਭੇ ਵਕਤ ਪਹਿਚਾਣ ਮੈਂ ਕੌਣ ਆ ਤੇ ਤੇਰੀ ਸੰਗਤ ਦਾ ਕਾਸਿਮ ਕਤਬਾ ਹਾਂ ਨਾ ਬਣ ਅਣਜਾਣ ਮੈਂ ਕੌਣ ਆ ਹਾਂ ਕੱਲ੍ਹ ਤਾਈਂ ਮੇਰੇ ਹੱਥ ਚੁੰਮਦਾ ਅੱਜ ਤੇਰੇ ਕਾਣ ਮੈਂ ਕੌਣ ਆ ਔਰ ਇੱਥੇ ਇੱਕ ਦੌੜਾ ਮੈਂ ਖਸੂਸਨ ਸਾਰੇ ਦੋਸਤ ਵਜੋਂ ਚਾਸੋ ਹਾਜੀ ਸਾਹਿਬ ਭਾਈ ਨਿਵਾਸ ਖਰਲ ਸਾਹਿਬ ਔਰ ਜਿਤਨੇ ਜੁਮਲਾ ਦੋਸਤ ਤਸ਼ਰੀਫ ਇੱਥੇ ਮੈਂ ਦੋਸਤ ਤੁਹਾਨੂੰ ਇੱਕ ਦੌੜਾ ਨਾ ਕਿ ਸਾਡੀ ਜਿਬ ਤੇ ਚੁੱਪ ਦੇ ਜੰਦਰੇ ਹਨ ਯਾ ਜੰਦਰੇ ਪੱਟ ਯਾ ਰੋਵਣ ਦੇ ਖਸੂਸਾਂ ਨੇ ਕਾਨੂੰਨ ਦੇ ਮੁਹਾਫਿਜ਼ ਲੋਕ ਜਿਹੜੇ ਮੈਂ ਨੌਕਰੀ ਦੇਣਾ ਨੌਸ਼ੀ ਪੀਰਾ ਨੌਕਰੀ ਦੇ ਸਾਂ ਬਾਈ ਜਾਨ ਸਾਈਂ ਮੈਂ ਮੈਨੂੰ ਪਤਾ ਹੈ ਇਹ ਜਿਤਨਾ ਮੈਂ ਬਰੀਕ ਹੁੰਦਾ ਗਿਆ ਉਸੇ ਮਜ਼ੇ ਮੈਂ ਉਤਨਾ ਬਰੀਕ ਸੁਣਦਾ ਗਿਆ ਸੀ ਮੈਂ ਪਿਛਲੀ ਵਾਰੀ ਟੈਸਟ ਕਰਕੇ ਗਿਆ ਸਾਡੀ ਇਹ ਅਭੀ ਪਾਰਟੀ ਸ਼ੁਰੂ ਵੀ ਨਹੀਂ ਹੋਈ ਹੈ ਮੇਰਾ ਮੁਸ਼ਾਇਰਾ ਜੇ ਸ਼ੁਰੂ ਹੋਣੋਂ ਬਣਾਏ ਨਾਰਾ ਮਾਰੋ ਨੂੰ ਇੱਕ ਨਾਰਾ ਹੈਦਰੀ ਐ ਲੋਕ ਇਤਨੀ ਗੱਲ ਸਾਈਂ ਸਾਡੀ ਜਿਬ ਤੇ ਚੁੱਪ ਦੇ ਜੰਦਰੇ ਹਨ ਯਾ ਜੰਦਰੇ ਪੱਟ ਕਿਬਲਾ ਨਾਥ ਸਾਹਿਬ ਮੇਰੇ ਯਾਦ ਇਸਤੇਮਾਲ ਵੇਖਣਾ ਹਰ ਮਿਸਰੇ 'ਚ ਸਾਡੀ ਜਿਬ ਤੇ ਚੁੱਪ ਦੇ ਜੰਦਰੇ ਹਨ ਯਾ ਜੰਦਰੇ ਪੱਟ ਯਾ ਰੋਵਣ ਦੇ ਇਸ ਦਿਲ ਮਜਬੂਰ ਦੇ ਜ਼ਖਮਾਂ ਤੇ ਯਾ ਲੂਣ ਨਾ ਸੱਟ ਯਾ ਰੋਵਣ ਦੇ ਇਸ ਦਿਲ ਮਜਬੂਰ ਦੇ ਜ਼ਖਮਾਂ ਤੇ ਯਾ ਲੂਣ ਨਾ ਸੱਟ ਯਾ ਰੋਵਣ ਦੇ ਔਰ ਨਫ਼ਰਤ ਦੀਆਂ ਤ੍ਰਿਖੀਆਂ ਸੀਖਾਂ ਨਾਲ ਯਾ ਛਿਲ ਨਹੀਂ ਫੱਟ ਅੱਗੋਂ ਤਾਂ ਤੁਸੀਂ ਆਪ ਆਖੀ ਰੱਖਣਾ ਜੀ ਮੇਰੇ ਨਾਲ ਯਾਰ ਨਫ਼ਰਤ ਦੀਆਂ ਤ੍ਰਿਖੀਆਂ ਸੀਖਾਂ ਨਾਲ ਯਾ ਛਿਲ ਨਹੀਂ ਫੱਟ ਯਾ ਰੋਵਣ ਦੇ ਓਏ ਗੱਲ ਕਰਕੇ ਕਾਸੇ ਮੁਕਰ ਗਿਆ ਯਾ ਗੱਲ ਤੇ ਅੱਟ ਯਾ ਰੋਵਣ ਕਿਹੜਾ ਆਉਂਦਾ ਹੀ ਵੰਦ ਚੁੰਦੇ ਦੌੜੇ ਸੁਣਾਓ ਹੁਣ ਦੱਸੋ ਪਾਣੀ ਨਿਕਲਿਆ ਦੌੜੇ ਚੋਂ ਨਹੀਂ ਨਿਕਲਿਆ ਹਾਂਜੀ ਹੈਂ ਉਹ ਮੁੜ ਗੱਲ ਕਰਕੇ ਕਾਸਿਮ ਮੁਕਰ ਗਿਆ ਹੈ ਯਾ ਗੱਲ ਤੇ ਹਟ ਯਾ ਰੋਵਣ ਦੇ ਯਾ ਗੱਲ ਤੇ ਹਟ ਯਾ ਰੋਵਣ ਦੇ ਔਰ ਇਥਾਈ ਇੱਕ ਹੋਰ ਦੌੜਾ ਕਿ ਹੱਥ ਮੈਂ ਉਹ ਸੁਣੀ ਨਾ ਇੱਕ ਮਿੰਟ ਮੈਂ ਜਿੱਦੇ ਟੁਰ ਪਿਆ ਨਾ ਫੋਲਡਰ ਖੁੱਲ ਗਿਆ ਕਿ ਹੱਥ ਹੱਥ 'ਚ ਦੇ ਕੇ ਹੱਥ ਨਾ ਕਰ ਹੱਥ ਕਰਨ ਸਮਝਦੇ ਹੋ ਧੋਖਾ ਕਰਨਾ ਸਾਗਰ ਭਾਈ ਹੱਥ ਹੱਥ 'ਚ ਦੇ ਕੇ ਹੱਥ ਨਾ ਕਰ ਹੱਥ ਫੁੱਟਣ ਤਾਂ ਹੱਥ ਨਹੀਂ ਲੱਭਦੇ ਹੱਥ ਹੱਥ 'ਚ ਦੇ ਕੇ ਹੱਥ ਨਾ ਕਰ ਹੱਥ ਫੁੱਟਣ ਤਾਂ ਹੱਥ ਨਹੀਂ ਲੱਭਦੇ ਹੱਥ ਤਕੜੇ ਰੱਖ ਐਵੇਂ ਲਾਗਰ ਜ਼ਾਈਏ 'ਚ ਹੱਥ ਛੁੱਟਣ ਤਾਂ ਹੱਥ ਨਹੀਂ ਹੱਥ ਤਕੜੇ ਰੱਖ ਐਵੇਂ ਲਾਗਰ ਜ਼ਾਈਏ 'ਚ ਹੱਥ ਛੁੱਟਣ ਤਾਂ ਹੱਥ ਨਹੀਂ ਲੱਭਦੇ ਔਰ ਮੇਰੀ ਰਾਵੀ ਦੇ ਰਾਠ ਬੰਦੇ ਹੋ ਮੈਂ ਤੁਹਾਨੂੰ ਇਸੇ ਅਗਲੇ ਮਿਸਰੇ 'ਚ ਇੱਕ ਗੱਲ ਦੱਸਣੀ ਹੈ ਹੱਠ ਪਤਾ ਹੀ ਕਿਹਨੂੰ ਆਉਂਦੇ ਡਾ ਜਿਹੜੀ ਪੇੜ ਦੇ ਉੱਪਰ ਹੱਠ ਲੱਗੀ ਹੋਈ ਹੋਵੇ ਇਸੇ ਮਿਸਰੇ 'ਤੇ ਤੁਹਾਨੂੰ ਦਾਦ ਲੈਣੀ ਹੈ ਕਿ ਹੱਥ ਹੱਥ 'ਚ ਦੇ ਕੇ ਹੱਥ ਨਾ ਕਰ ਹੱਥ ਫੁੱਟਣ ਤਾਂ ਹੱਥ ਨਹੀਂ ਲੱਭਦੇ ਹੱਥ ਤਕੜੇ ਰੱਖ ਨੌਸ਼ੀ ਹੱਥ ਤਕੜੇ ਰੱਖ ਐਵੇਂ ਲਾਗਰ ਜ਼ਾਈਏ 'ਚ ਹੱਥ ਛੁੱਟਣ ਤਾਂ ਹੱਥ ਛੁੱਟਣ ਤਾਂ ਹੱਥ ਨਹੀਂ ਲੱਭਦੇ ਉਹ ਪਵੇ ਲੋੜ 'ਚ ਹਾ
ਪਵੇ ਲੋੜ ਪਵੇ ਹਾਠ ਚ ਲੋੜ ਜੇ ਹੱਥਾਂ ਦੀ ਭਾਈ ਆਕੇ ਪਵੇ ਪਵੇ ਹਾਠ ਚ ਲੋੜ ਜੇ ਹੱਥਾਂ ਦੀ ਹੱਥ ਖੁੱਟਣ ਤਾਂ ਅੱਗੇ ਕਟਕ ਪਾਉਂਦੇ ਹਨ ਬੰਦੇ ਪੀੜਾਂ ਲੜ ਪਾਉਂਦੇ ਹਨ ਪਵੇ ਹਾਠ ਮਿਹਰਬਾਨੀ ਭਾਈ ਨੌਸ਼ੀ ਮਿਹਰਬਾਨੀ ਤੁਹਾਡੀ ਅਜ਼ਮਤ ਨੂੰ ਸੁਖਨ ਨਵਾਜ਼ੀ ਨੂੰ ਸਲਾਮ ਤੁਸੀਂ ਸੁਖਨ ਸ਼ਨਾਸੀ ਇਤਨੇ ਹੋ ਪਵੇ ਹਾਠ ਚ ਲੋੜ ਜੇ ਹੱਥਾਂ ਦੀ ਹੱਥ ਖੁੱਟਣ ਤਾਂ ਹੱਥ ਨਹੀਂ ਲੱਭਦੇ ਮਾਈ ਕਾਸਿਮ ਟੁੰਡੀਆਂ ਹੋ ਵੈਂਦੀਆਂ ਹੱਥ ਟੁੱਟਣ ਤਾਂ ਮਾਈ ਕਾਸਿਮ ਟੁੰਡੀਆਂ ਹੋ ਵੈਂਦੀਆਂ ਬਾਈ ਸਾਗਰ ਮਾਈ ਕਾਸਿਮ ਟੁੰਡੀਆਂ ਹੋ ਵੈਂਦੀਆਂ ਹੱਥ ਹੱਥ ਟੁੱਟਣ ਤਾਂ ਹੱਥ ਨਹੀਂ ਲੱਭਦੇ ਭਾਈ ਜਾਨ ਇੰਜੇ ਮੂਵੀ ਇੱਕ ਵਾਰੀ ਮੈਂ ਇੱਧਰ ਕਰਿਆ ਇਸ ਦੌੜੇ ਤੋਂ ਬਾਅਦ ਮੈਂ ਆਈ ਹੋਪ ਕਿ ਆਪ ਇਨਕੇ ਚੈਨਲ ਕੋ ਸਬਸਕ੍ਰਾਈਬ ਕਰੇਂਗੇ और इनकी मजीद वीडियो जो है उसको इंजॉय करेंगे थैंक यू सो मच चैनल को सब्सक्राइब करें इसको लाइक करें इसका लिंक शेयर करें और बेल का बटन जरूर दबाएं ताकि नई आने वाली वीडियो जो है वो आप तक पहुंचे थैंक यू